ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਬਾਬਾ ਯੂਟਿਊਬ ਚੈਨਲ 'ਤੇ ਇੱਕ ਅਜਿਹੀ ਖਬਰ ਜਿਸ ਨੂੰ ਦੇਖ ਕੇ ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚ ਦੇ ਵਿੱਚ ਪੈ ਜਾਵੋਗੇ ਕਿ ਕਦੀ ਇਸ ਤਰ੍ਹਾਂ ਵੀ ਹੋ ਸਕਦੀ ਹੈ। ਤੁਸੀਂ ਸੋਚੋਗੇ ਕਿ ਇਸ ਦਾ ਕੋਈ ਹੱਲ ਵੀ ਹੋ ਸਕਦਾ ਸੀਗਾ ਕਿ ਇੱਕ ਅਜਿਹੀ ਗੱਲ ਦੇ ਪਿੱਛੇ ਵਿਆਹ ਹੋਣਾ, ਵਿਆਹ ਵਾਲੀ ਰਾਤ ਹੀ ਰੌਲਾ ਪੈ ਜਾਣਾ ਅਤੇ ਉਸ ਤੋਂ ਬਾਅਦ ਦੇ ਵਿੱਚ ਆਪਸੀ ਝਗੜਾ ਹੋਣਾ ਅਤੇ ਫਿਰ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਤਲਾਕ ਹੋ ਜਾਣਾ। ਇਹ ਬੜੀ ਹੈਰਾਨੀ ਗੱਲ ਜਨਕ ਇੱਕ ਖਬਰ ਸਾਡੇ ਤੱਕ ਜਿਹੜੀ ਪਹੁੰਚੀ ਹੈਗੀ ਆ। ਇਹ ਪਿੰਡ ਬਲਾਕ ਔੜ ਦਾ ਪਿੰਡ ਲੜੋਆ ਆ ਜੀ, ਬਲਾਕ ਔੜ ਦੇ ਪਿੰਡ ਲੜੋਆ ਵਿਆਹ ਵਾਲੀ ਰਾਤ ਹੀ ਜਿਹੜੇ ਸ਼ਗਨ ਸੀਗੇ ਉਹ ਅਪਸ਼ਗਨ ਦੇ ਵਿੱਚ ਬਦਲ ਗਏ। ਚਰਨਜੀ ਲਾਲ ਵਾਸੀ ਲੜੋਆ ਨੇ ਦੱਸਿਆ ਕਿ ਉਸਨੇ ਆਪਣੇ ਮੁੰਡੇ ਦਾ ਵਿਆਹ ਬੜੇ ਹੀ ਚਾਵਾਂ ਦੇ ਨਾਲ ਕੀਤਾ ਸੀ ਪਰ ਸਾਰੇ ਚਾਅ ਧਰੇ ਦੇ ਧਰੇ ਹੀ ਰਹਿ ਗਏ ਕਿਉਂਕਿ ਉਸੀ ਰਾਤ ਹੀ ਜਿਹੜਾ ਸੀ ਕਿ ਲੜਕੀ ਵੱਲੋਂ ਜੋ ਚਰਨਜੀ ਲਾਲ ਨੇ ਦੱਸਿਆ ਕਿ ਘਰ ਦੇ ਵਿੱਚ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ। ਕਲੇਸ਼ ਇੰਨਾ ਵੱਧ ਗਿਆ ਕਿ ਬਸ ਉਹ ਹੱਕੇ ਬੱਕੇ ਰਹਿ ਗਏ। ਉੱਧਰ ਜਦੋਂ ਸਾਡੇ ਪੱਤਰਕਾਰਾਂ ਨੇ ਭੁਪਿੰਦਰ ਕੁਮਾਰ ਨੂੰ ਪੁੱਛਿਆ ਤਾਂ ਭੁਪਿੰਦਰ ਕੁਮਾਰ ਜਿਹੜਾ ਆ ਉਸਨੇ ਕਿਹਾ ਕਿ ਜਿਹੜੀ ਉਹਦੀ ਪਤਨੀ ਸੀਗੀ ਕਿ ਉਸਨੇ ਵਿਆਹ ਵਾਲੀ ਰਾਤ ਹੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਭੁਪਿੰਦਰ ਕੁਮਾਰ ਜੀ ਤੁਹਾਡੀ ਜਿਹੜੀ ਪਤਨੀ ਆ ਹਾਲੇ ਵਿਆਹ ਨੂੰ ਤਾਂ ਕੋਈ ਟਾਈਮ ਨਹੀਂ ਹੋਇਆ ਕਿ ਇਹ ਝਗੜਾ ਕਰਨਾ ਕਿਉਂ ਸ਼ੁਰੂ ਕੀਤਾ ਤਾਂ ਭੁਪਿੰਦਰ ਕੁਮਾਰ ਨੇ ਕਿਹਾ ਕਿ ਜਿਹੜੀ ਉਹਦੀ ਪਤਨੀ ਆ ਵਿਆਹ ਵਾਲੇ ਦਿਨ ਹੀ ਕਹਿੰਦੀ ਕਿ ਮੈਨੂੰ ਤਾਂ ਗਲਤ ਫਹਿਮੀ ਦੇ ਵਿੱਚ ਰੱਖਿਆ ਗਿਆ। ਇਹ ਕਹਿਣਾ ਆ ਭੁਪਿੰਦਰ ਕੁਮਾਰ ਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਸਨੇ ਕਿਹਾ ਕਿ ਉਸਦੀ ਪਤਨੀ ਕਹਿੰਦੀ ਮੈਨੂੰ ਗਲਤ ਫਹਿਮੀ ਦੇ ਵਿੱਚ ਰੱਖਿਆ ਗਿਆ ਕਿ ਉਸਨੂੰ ਤਾਂ ਇਹ ਦੱਸਿਆ ਗਿਆ ਸੀ ਘਰ ਪੱਕਾ ਆ, ਲੈਂਟਰ ਪਏ ਆ, ਪਰ ਜਦੋਂ ਉਹ ਇੱਥੇ ਆਈ ਤਾਂ ਉਸਨੇ ਦੇਖਿਆ ਕਿ ਘਰ ਵਿੱਚ ਤਾਂ ਅਜਿਹੀ ਕੋਈ ਗੱਲਬਾਤ ਨਹੀਂ ਆ, ਘਰ ਦੇ ਵਿੱਚ ਕੋਈ ਲੈਂਟਰ ਵਗੈਰਾ ਨਹੀਂ ਪਏ ਹੋਇਆ। ਭੁਪਿੰਦਰ ਕੁਮਾਰ ਨੇ ਇਹ ਵੀ ਕਿਹਾ ਕਿ ਉਸਦੀ ਪਤਨੀ ਨੇ ਉਸਨੂੰ ਇਹ ਵੀ ਡਿਮਾਂਡ ਕੀਤੀ ਕਿ ਮੈਨੂੰ ਸੋਨੇ ਦੀਆਂ ਵਾਲੀਆਂ ਅਤੇ ਮੈਨੂੰ ਚੈਨੀ ਲੈ ਕੇ ਦੇਵੋ, ਮੈਂ ਪੇਕਿਆਂ ਨੂੰ ਜਾਣਾ ਆ। ਲਓ ਜੀ, ਇਸ ਤੋਂ ਜਿਹੜਾ ਰੌਲਾ ਆ ਉਹ ਹੋਰ ਵੱਧ ਗਿਆ। ਭੁਪਿੰਦਰ ਕੁਮਾਰ ਕਹਿੰਦਾ ਕਿ ਮੈਂ ਮੇਰੇ ਵਿੱਚ ਤਾਂ ਗੁਜਾਇਸ਼ ਨਹੀਂ ਹੈਗੀ ਕਿ ਮੈਂ ਹੁਣ ਤੈਨੂੰ ਕਿੱਥੋਂ ਲੈ ਦੇਵਾਂ, ਜਿੱਦਾਂ ਦਾ ਘਰ ਹੈਗਾ ਇੱਦਾਂ ਦੇ ਘਰ ਦੇ ਵਿੱਚ ਹੀ ਰਹਿ। ਪਰ ਨਹੀਂ, ਭੁਪਿੰਦਰ ਕੁਮਾਰ ਕਹਿੰਦਾ ਉਸਦੀ ਪਤਨੀ ਮੰਨੀ ਨਹੀਂ ਅਤੇ ਉਸ ਨਾਲ ਆਪਣੇ ਦੋਹਾਂ ਬਾਹਾਂ ਦੇ ਵਿੱਚ ਜਿਹੜਾ ਚੂੜਾ ਪਾਇਆ ਹੋਇਆ ਸੀ ਉਹ ਵਗਾ ਕੇ ਬੈੱਡ ਦੇ ਉੱਪਰ ਸਿੱਟ ਦਿੱਤਾ, ਇੱਧਰ ਉੱਧਰ ਸਿੱਟ ਦਿੱਤਾ ਅਤੇ ਰੌਲਾ ਪਾਉਣ ਲੱਗ ਪਏ। ਤਾਂ ਭੁਪਿੰਦਰ ਕੁਮਾਰ ਨੇ ਕਿਹਾ ਕਿ ਉਹ ਤਾਂ ਹੱਕਾ ਪੱਕਾ ਰਹਿ ਗਿਆ ਕਿ ਇਹ ਗੱਲ ਕੀ ਬਣ ਗਈ। ਪਰ ਉਸਦੀ ਪਤਨੀ ਨੇ ਕਿਹਾ, ਜੋ ਭੁਪਿੰਦਰ ਕੁਮਾਰ ਦੇ ਕਹਿਣ ਮੁਤਾਬਕ ਕਿਹਾ, ਕਿ ਭਾਈ ਉਹ ਤਾਂ ਫਿਰ ਮਰ ਜਾਏਗੀ, ਬਲੇਟ ਮਾਰ ਲਏਗੀ। ਇਹ ਰੌਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਬਸ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਪਰ ਜਦੋਂ ਉੱਧਰ ਲੜਕੀ ਨਾਲ ਜਦੋਂ ਗੱਲਬਾਤ ਕੀਤੀ ਗਈ, ਪੱਤਰਕਾਰ ਨੇ ਜਦੋਂ ਲੜਕੀ ਨਾਲ ਗੱਲ ਕੀਤੀ, ਲੜਕੀ ਨੇ ਆਪਣਾ ਨਾਮ ਮਾਨਸੀ ਦੱਸਿਆ। ਉਹ ਪਿੱਛੋਂ ਤੋਂ ਵੀ ਕੋਈ ਆਵਾਜ਼ ਆ ਰਹੀ ਸੀ, ਨਾਮ ਮਾਨਸੀ ਦੱਸਿਆ ਗਿਆ। ਔਰ ਜਿਹੜੀ ਮਾਨਸੀ ਆ, ਲੜਕੀ ਆ, ਉਸਨੇ ਕਿਹਾ ਕਿ ਭਾਈ ਮੈਨੂੰ ਇਹ ਘਰੇ ਨਹੀਂ ਪਸੰਦ ਆਇਆ, ਇਸ ਕਰਕੇ ਮੈਂ ਜਿਹੜਾ ਇਹ ਵਿਆਹ ਆ ਤੋੜ ਰਹੀ ਹਾਂ, ਮੈਂ ਰਿਸ਼ਤਾ ਤੋੜ ਰਹੀ ਹਾਂ। ਇਹ ਮਾਨਸੀ ਦਾ ਕਹਿਣਾ। ਮਾਨਸੀ ਨੇ ਕਿਹਾ, ਜਦੋਂ ਪੱਤਰਕਾਰ ਨੇ ਪੁੱਛਿਆ ਵੀ ਘਰ ਬਾਰ ਤੂੰ ਦੇਖਿਆ ਨਹੀਂ ਸੀ, ਤਾਂ ਮਾਨਸੀ ਬੋਲੀ ਮੈਂ ਨਹੀਂ ਸੀ ਦੇਖਿਆ, ਇਹ ਘਰ ਬਾਰ ਮੇਰੀ ਭੈਣ ਦੇਖ ਕੇ ਗਈ ਸੀ। ਪੱਤਰਕਾਰ ਨੇ ਵੀ ਕੋਸ਼ਿਸ਼ ਕੀਤੀ ਕਿ ਇਹ ਘਰ ਵੱਜ ਜਾਵੇ, ਪਰ ਲੜਕੀ ਕਹਿੰਦੀ ਮੈਂ ਤਾਂ ਇਸ ਘਰ ਦੇ ਵਿੱਚ ਹੀ ਨਹੀਂ ਰਹਿਣਾ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਆਪਣੇ ਕੋਲ ਰਹਿਣੀ ਉਦਾਂ
मेरा नाम भुपिंदर कुमार है। कारण सर कुछ भी नहीं गा बी उन्होंने कहा बस पहला गल होर हुई सी बी आप मैं थोड़े घर जिदा के भी हालात उदा टाइम मैं कट लवानी तो बाद सानू यह गल की भी रात को कर लग पई है भी मैनू तुसी चैनी लेके दवो तो एक गल दी ते कन्ना दियाँ लेके दवो वालियाँ तो मैं उन्होंने कहा भी मैं इन्ने योग है नहीं गा तो उन्होंने इस गल का रफड़ पा लिया भी बई मैं इदा कर लैनी मैं उदा कर लैनी है मैं तो अभी तो तभी कल सवेर में चाहिए आ मैं 23 तरीक न जाना आ जे आ वो आ किंतु आ परंतु इदा लग पे कन्न फिर कुड़ी ने चूड़ा ला के थले मारिया तो इतने कपड़े लाने लग पे सामने तो यही गल हुई है राहा लैन का भी कोशिश कर लगी असी कहती मैं बुलेट मार लैने मैं पहला भी जिते करके आई हूँ उन्होंने भी अकल देता ये क्या चीज़ है कहती कर लें 12,000 रुपया दिता सगा भी रिश्ता करवाने का रिश्ता अपना हो जूगा है ना चल कोई नहीं कुड़िया दूजा होगा ना घर दे हरे कोई यही सोचता है ना भी उन्होंने दिते सके पैसे की नाम पिंड काला बकरा काला बकरा है नी आ जड़ी एक मोटी जी कुड़ी है कहिंदी मेरी भतीजी भैन लगदी खरे भतीजी मामे दी भूआ दी खरे कुड़ी है खरे आ अच्छा जी मामे दी खरे कुड़ी आ तुसी ब्याह के ले आंदा है ना हां किथे आनंद कार्ज कमाचों कीते आ कमाचों गुरु घर च हां अपने ਗੁਰਦਾਸ ਮਹਾਰਾਜ ਜੀ ਔਰ ਜਦੋਂ ਤੁਸੀਂ ਆ ਗਏ ਇੱਥੇ ਫਿਰ ਲੜਕੀ ਨੇ ਕੀਤਾ ਲੜਕੀ ਨੇ ਕੀਤਾ ਮੁੰਡੇ ਨੇ ਕਹਿੰਦੀ ਕਹਿੰਦੀ ਮੈਂ ਜਾਣਾ ਆ ਇੱਥੇ ਮੀਡੀਆ ਚ ਆਓ ਕਹਿੰਦੀ ਜਾਣਾ ਆ जिदन देख गई मैं घर देखा कुड़ी जी आई ब्याई वाई ओन भी मैं मेरा घर देखा जिदा का हैगा देख लो जे थोड़े फिट होने की गल कर लो नहीं तो ना सही ना सही ला 1.5 लाख रुपया मेरा लगा आ कंगने जो सारी चीज मैं राती कोई चूड़ा तुसी कहंदे चूड़ा चूड़ा भन्ने नाल फराह लेंदी है ना नट नट के कपड़े को सामने खोलन लग पई ਤੁਹਾਡੇ ਮੁਤਾਬਕ ਪਹਿਲੇ ਹੀ ਦਿਨ ਇਦਾਂ ਦੀ ਪ੍ਰੋਬਲਮ ਕਿਉਂ ਆਈ 2 ਘੰਟਿਆਂ ਦੀ ਕੁਝ ਵੀ ਨਹੀਂ ਕਰਿਆ ਕੋਈ ਵੀ ਨਹੀਂ ਕਰ ਤੁਸੀਂ ਵਿਆਹ ਕੇ ਆਏ ਆ ਵਿਆਹ ਦੇ ਕੁਝ ਕਰਿਆ ਨਹੀਂ ਪਜੋਲਣ ਨੇ ਕਹਿੰਦੀ ਕਹਿੰਦੀ ਝੂਠ ਬੋਲੇ ਵੀ ਲੈਂਟਰ ਪੇ ਆਇਆ ਲੈਂਟਰ ਪੇ ਆਇਆ ਕਹਿੰਦੀ ਪਜੋਲਣ ਝੂਠ ਬੋਲ ਝੂਠ ਕਾਹਦੇ ਬੋਲੇ ਵੀ ਪਜੋਲਣ ਤਾਂ ਕਹਿੰਦੀ ਲੈਂਟਰ ਪੇ ਆਇਆ ਮੈਂ ਕਹਿੰਦੀ ਟੁੰਬਾ ਮੈਨੂੰ ਕਹਿੰਦੀ ਚੈਨੀ ਨਹੀਂ ਸੋਨੇ ਦੀਆਂ ਪਾਈਆਂ ਮੈਨੂੰ ਬਾਲੀਆਂ ਨਹੀਂ ਪੈਂਦੀ ਹੁਣੇ ਕਹਿੰਦੀ ਲਾ ਕੇ ਪਾਓ ਕਹਿੰਦੀ ਇਦਾਂ ਦੀ ਪਹਿਲਾਂ ਤੇ ਨਹੀਂ ਕੋਈ ਗੱਲ ਹੋਈ ਸੀ ਨਹੀਂ ਨਹੀਂ ਪਹਿਲਾਂ ਨਹੀਂ ਹੋਈ ਕੋਈ ਗੱਲ ਮੈਂ ਇਦਾਂ ਕਿਹਾ ਮੈਂ ਕਿਹਾ ਪੁੱਤ ਮੈਂ ਤਾਂ ਫੜ ਕੇ ਗਿਆ ਮੈਂ ਕਿਹਾ ਤੂੰ ਮੇਰੀ ਧੀ ਆ ਤੇ ਤੈਨੂੰ ਮੈਂ ਲਾ ਕੇ ਪਾ ਦਮ ਬਾਗ ਪਾਜੀ ਅਸੀਂ ਏ ਟੂ ਜੈਡ ਸੀਗੇ ਮਾਪੇ ਹੈ ਨਹੀਂਗੇ ਅਸੀਂ ਏ ਟੂ ਜੈਡ ਕੀਤਾ ਅਸੀਂ ਕਿਹਾ ਚਲ ਹੋ ਇਹਦੇ ਮਾਪੇ ਹੈ ਨਹੀਂ ਮੇਰੀ ਧੀ ਮਿਲਾ ਕੇ ਰੱਖ ਲੂੰਗਾ ਕੀਤਾ ਸਾਰਾ ਖਰਚਾ ਅਸੀਂ ਆਪ ਕੀਤਾ ਮੇਰੇ ਪੇਰੇ ਨਾਲ ਇਹ ਤੋਂ ਖਾ ਮੈਂ ਪੈਸਾ ਨਾ ਮੈਂ ਕਿਸੇ ਤੋਂ ਮੰਗ ਕੇ ਲਿਆ ਕੇ ਲਾਏ ਸਾਨੂੰ ਇਨਸਾਫ ਚਾਹੀਦਾ ਇਹ ਹੈਗੇ ਆ ਲੋਟੂ ਇਹ ਗਾਹਾਂ ਤੋਂ ਗਾਹਾਂ ਇਹੀ ਕੰਮ ਕਰਦੇ ਨੇ ਮੈਂ ਬਹੁਤ ਦੇਖੀ ਹੋਈ ਕਹਿੰਦੇ ਮੈਂ ਬਹੁਤ ਦੇਖੀ ਹੋਈ ਤਾਂ ਕਹਿੰਦੀ ਮੈਂ ਦਾਦੀ ਕਹਿੰਦੀ ਕਹਿੰਦੀ ਵੀ ਆ ਇੱਕ ਮੈਂ ਤਾਂ ਕਹਿੰਦੀ ਕੰਨਾ ਵੀ ਕੁੜੀ ਕਹਿੰਦੀ ਜਿਹੜੀ ਵਿਆਹਦੜਿਆ ਕਹਿੰਦੀ ਕੰਨਾ ਵੀ ਟੱਪ ਲੈਣੀ ਕਹਿੰਦੀ ਮੈਂ ਤਾਂ ਹੈਰਾਨੀ ਇੱਕ ਹੋਰ ਗੱਲ ਦੀ ਆ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਪਿੰਡ ਕਿਹੜਾ ਤੇ ਇਦਾਂ ਦਾ ਮੈਨੂੰ ਪਤਾ ਨਹੀਂ ਉਹ ਕਹਿੰਦੇ ਕਹਿੰਦੇ ਸਾਡਾ ਪਿੰਡ ਮੇਲੀ ਆ ਕਹੇ ਜਿਹੜੀ ਵਿਚੋਲਾ ਹੀ ਦਿੰਦੀ ਜਿਹੜੀ ਖਰ ਆ ਜਿਹੜੀ ਕੁੜੀ ਆ ਦੀ ਖਰ ਮਾਂ ਆ ਮੇਲੀ
पता नहीं की आ मेली या कोई कुड़ी होर ले आंदी रखी हो 12,000 रुपया मेरे तो ले लिया नगद ले लिया मेरे तो। अच्छा 12,000 रुपया लेके ब्याह करवाया? आहो बचोलड़ ने ओ ए ने जड़ी इहदी मां आ। अच्छा मां आ कुड़ी दी आ जड़ी मोटी जही मासी 12,000 रुपया सब तो लिया ते बाद च साडे नाल अजे चल हो मेरे घर बाद 12,000 भावें मेरे 20 लै दे चल हो मेरे मुंडा ब्याह हुंदा हो मेरे रोटी पकदी हो मेरे घर वाली ढिल्ली रहंदी आ मैं भी ढिल्ला रहना मैं तिकड़ काम हुंदा मेरे हाथ बाटो मेरा इदां मैं जा कजदा करके खो पट्टे ले आवला मैं। पैसे फूकनी मैं बहुत खराब काम धंधा छेड़िया नींदर मिले चाचे अर्जेंट भी पहुंचा को नाले पुछ लो कि मैं जो देख रहा पहली रात ही देखो चूड़ा खोल के बैठ के सुटिया हो मतलब आपसी वितकरा हो गया पहली रात ही अजे कोई शगन विहार नहीं होया कोई लेना देना नहीं है ये कारण क्यों है? मैनू घर नहीं चंगा लगा ना सारा कुछ झूठ बोल के किया ठीक है इन्हें गल कही सी घर लेंटर पिया साडे ठीक है यह भी झूठ बोलिया उत्ते इन्हां दी जनानियां मैनू चढ़ चढ़ पैंदियां ठीक है उत्तों ये कदी कहिंदियां तू पुलिस रे तम कहिंदियां मैनू इस करके मैं नहीं रहना तू नहीं रहना ते कोई होर वजह होवे कोई देखो क्योंकि कोई लड़के दे विच भी कोई अजे तुसी उन्हों देखिया नहीं हैगा चंगी तरह ए पहला नहीं देख देखिया सी घर तुसी बस मैं ही कर नहीं ए तुसी दसो मैनू के पहला घर देखिया सी तुसी जदों तुहाडा रिश्ता होया? नहीं मैं नहीं घर देखना ही सी मेरी सिस्टर घर देखना ही सी। अच्छा एक घर तो लैके तुसी अपना ए फिर रिश्ता तोड़ दिता पति नाल? हां तोड़ता मैं घर ते तोड़ता। दवाइयां खा खा के परेशान हो चुके मरीजां लई आस दी इको एक किरण कैंथ आयुर्वेद दवाखाना औरत मर्द हर तरह के गुप्त रोगों के माहर अधरंग काला पीलिया मोटापा शुगर कटे हुए सेल एक दिन विच पूरे करो फोन करो 98763 79499।